ਜਿਹੜਾ ਕੱਲ੍ਹ ਦਾ ਰੇਲਾਂ ਜਾਮ ਕਰਨ ਦਾ ਪ੍ਰੋਗਰਾਮ ਹੈ, ਅਸਲ ਵਿੱਚ ਇਹ ਪ੍ਰੋਗਰਾਮ 12 ਤੋਂ 4 ਵਜੇ ਤੱਕ ਹੈ। ਕੁਝ ਜਥੇਬੰਦੀਆਂ ਉਹ ਜਿਹੜੀਆਂ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਹੋਇਆ ਜਾਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚਾ ਪੰਧੇਰ ਵਾਲੇ ਬਣੇ ਨੇ, ਉਹਨਾਂ ਨੇ ਇਹ ਅਨਾਊਂਸ ਕੀਤਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ, ਕ੍ਰਾਂਤੀਕਾਰੀ ਯੂਨੀਅਨ ਜਿਹਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਜੀ ਨੇ, ਬੀ ਕੇ ਯੂ ਡਕਾਉਂਦਾ ਜਿਨ੍ਹਾਂ ਦੇ ਪ੍ਰਧਾਨ ਮਨਜੀਤ ਧਨੇਰ ਨੇ, ਤਿੰਨਾਂ ਜਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਜਿਹੜਾ ਹੈਗਾ ਉਹ ਦੂਸਰੀਆਂ ਜਥੇਬੰਦੀਆਂ ਤਾਲਮੇਲ ਮੇ ਐਕਸ਼ਨ ਵੱਲੋਂ ਜਿਹੜਾ ਹੈਗਾ ਇਹ ਕੱਲ੍ਹ ਕੀਤਾ ਜਾ ਰਿਹਾ। ਇਹ ਇਸ ਕਰਕੇ ਹੈ ਕਿਉਂਕਿ ਜਿਹੜੀਆਂ ਮੰਗਾਂ ਤਾਂ ਉੱਥੇ ਹਰਿਆਣੇ ਦੇ ਬਾਰਡਰਾਂ 'ਤੇ ਬੈਠੇ ਨੇ, ਉਹੀ ਮੰਗਾਂ ਜਿਹੜੀਆਂ ਹੈਗੀਆਂ ਸਾਰਿਆਂ ਦੀਆਂ ਕਿਸਾਨਾਂ ਦੀਆਂ ਸਾਂਝੀਆਂ ਨੇ, ਚਾਹੇ ਉਹ MSP ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਹੋਵੇ, ਚਾਹੇ ਬਿਜਲੀ ਸੋਧ ਬਿੱਲ 2020 ਦੀ ਗੱਲ ਵਾਪਸ ਲੈਣ ਦੀ ਗੱਲ ਹੋਵੇ, ਚਾਹੇ ਲਖੀਰਪੁਰ ਘਟਨਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਹੋਵੇ, ਚਾਹੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ ਦੇ, ਕਿਉਂਕਿ ਉਹ ਮੰਗਾਂ ਸਾਂਝੀਆਂ ਨੇ। ਇਸ ਕਰਕੇ ਇਹ ਤਾਲਮੇਲ ਐਕਸ਼ਨ ਤਾਂ ਕੀਤਾ ਜਾ ਰਿਹਾ ਹੈਗਾ ਤਾਂ ਕਿ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹਦੇ 'ਤੇ ਦਬਾਅ ਲਾਮੰਦ ਕੀਤਾ ਜਾਵੇ ਅਤੇ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾਵੇ। ਕੱਲ੍ਹ ਦੇ ਟਾਈਮ 12 ਤੋਂ 4 ਵਜੇ ਤੱਕ ਹੈਗਾ ਹੈ ਉਹ ਜਿਹੜਾ ਰੇਲਾਂ ਜਾਮ ਕੀਤੀਆਂ ਜਾਣੀਆਂ ਨੇ ਪੂਰੇ ਪੰਜਾਬ 'ਚ ਪ੍ਰੋਗਰਾਮ ਹੈਗਾ ਅਤੇ ਇਹ ਜਿਹੜਾ 12 ਤੋਂ 4 ਜਿਹੜਾ ਹੈਗਾ ਬੰਦ ਕਰਨ ਦਾ ਸਮਾਂ, ਰੇਲਾਂ ਜਾਮ ਕਰਨ ਦਾ ਸਮਾਂ।